मैपल लीफ की वाइट सीमेंट बेस HD पट्टी। जब बेस ही ना हो स्ट्रॉन्ग तो सब कुछ होगा रॉन्ग। क्या हाल है? ठीक है, अल्हम्दुलिल्लाह ठीक ठाक जी। खैरियत? हाँ खैरियत यार, मुझे पता चला था उस्ताद जी की तबीयत ठीक नहीं है, मैं तो उनका पूछने आया था। काफी लेट पता चला आपको? बस जैसे पता चला मैं कितने मैंने मिला उनसे यार। आ जाए अंदर ड्राइंग रूम में। अस्सलाम वालेकुम उस्ताद जी। उस्ताद जी मैं हुंडा हुंडा जी हो गया कि मतलब उन्हें उस्ताद जी नहीं सी होना चाहिए पता लग गया तानू कि मैं हो गया बखार ये तो नंगन डिया थी मोटरसाइकिल दे जाना साडे वाल भी हो गया तो दूसरा हुंडा हो जी होया बोबी ने उस्ताद तानू किन्नी बारी क्या कि तुसी अपना ख्याल रखिया करो यकीन करो मैंने जिवें पता लगा जे ना मैं 1 मिनट रुकया जे मैं नहीं वेख्या मेरे रस्ते च की आउंदा मैं फौरी मेरा हाल वेखी मत्ता 1 मिनट तुहाडे कोल पहुंच जी हां नहीं नहीं आया तो बहुत तेज मैं इन्नी तेज आया मैं तो दस नहीं सकदा तेरी चाहत दा अंदाजा ला लिया भी तू किन्ना ते
ਫਰੂਟ ਤੁਸੀਂ ਕਾਹਦੇ ਲਈ ਖਾਈ ਜਾਣ ਰਿਹਾ ਜੀ? ਇਹ ਬੁਖਾਰ ਨੂੰ ਡਰਾਉਣਾ ਹੈ ਕਿ ਪਾਲਣਾ ਗੋਦਰੇ ਵਾਲੇ ਬੁਖਾਰ ਨੂੰ ਤੁਸੀਂ? ਇਹ ਬੁਖਾਰ ਆ ਕਿ ਮੇਰਾ ਵੱਡਾ ਮੁੰਡਾ ਹੈ ਹੈ ਉਹ ਫਰੂਟ ਖਾਣਾ ਮਰਨਾ ਤੇ ਫਿਰ ਕਿਤੇ ਤਾਕਤ ਆਉਣੀ ਤਾਕਤ ਬੜੀ ਆ ਜਾਣੀ ਹੈ ਤੁਹਾਡੇ 'ਚ ਤੁਸੀਂ ਬੇਫਿਕਰ ਹੋ ਜਾਓ ਹੈ ਹਾਂ ਆ ਸਵੇਰੇ ਮੈਂ ਟਾਰਦਨ ਹੋ ਜਾਣਾ ਹੈ ਨਾ ਟਾਰਦਨ ਨਹੀਂ ਹੋਏ ਨਾ ਤੁਸੀਂ ਆਪਣੇ ਖਿਆਲ ਨਹੀਂ ਜੇ ਕਰਦੇ ਅੱਲਾ ਦੀ ਕਸਮ ਹੈ ਤੁਹਾਨੂੰ ਕਿਹਾ ਆਰਾਮ ਕਰਿਆ ਕਰੋ ਤੁਸੀਂ ਉਹ ਕਿੰਨਾ ਕੁ ਖਿਆਲ ਕਰਾਂ ਮੈਨੂੰ ਬਿੱਲੀ ਪੈ ਜਾਂਦੀ ਮੈਨੂੰ ਕਰਦਾ ਤੇ ਹੈ ਜਿੰਨਾ ਕਰਨਾ ਸਾਹ ਜੀ ਸਰਦੀ ਲੱਗਦੀ ਪਈ ਤੁਹਾਨੂੰ ਹੋਰ ਹੀ ਲੱਤਾਂ ਸੜੀਆਂ ਮੈਂ ਲੁਕਾਈਆਂ ਠੰਡ ਲੱਗਦੀ ਤਾਂ ਲਿਆ ਕੰਬਲ ਪੁੱਛ ਹੀ ਲਿਆ ਤੁਹਾਨੂੰ ਤਾਂ ਤੁਸੀਂ ਸ਼ੁਰੂ ਹੋ ਪੈਂਦੇ ਜੀ ਤੇਰਾ ਪੁੱਛਣਾ ਹੀ ਬਹੁਤ ਆ ਪੁੱਤਰ ਤੂੰ ਮੈਨੂੰ ਪੁੱਛ ਹੀ ਲਿਆ ਕੇ ਉਹ ਪਤਾ ਤੁਹਾਨੂੰ ਕਿੰਨੀ ਪਰਵਾਹ ਕਰਨਾ ਮੈਂ ਤੁਹਾਡੀ ਹਾਂ ਯਕੀਨ ਕਰੋ ਮੈਨੂੰ ਜਿਵੇਂ ਪਤਾ ਲੱਗਾ ਮੈਂ ਰਸਤੇ ਚੀਰ ਦਾ ਤੁਹਾਡੇ ਕੋਲ ਪਹੁੰਚ ਗਿਆ ਮੈਨੂੰ ਪਤਾ ਲੱਗਾ ਉਸਤਾਦ ਜੀ ਨੂੰ ਬੁਖਾਰ ਹੋ ਗਿਆ ਅੱਲਾ ਨਾ ਕਰੇ ਤੁਹਾਨੂੰ ਤਾਂ ਬਾਹਰ ਹੋਣਾ ਚਾਹੀਦਾ ਹੀ ਨਹੀਂ ਰਸਤੇ ਕਿਹੜੇ ਚੀਰਦਾ ਆਇਆ ਰਾਤ ਨੂੰ 3 ਵਜੇ ਕਿਹੜੀ ਉੱਥੇ ਟ੍ਰੈਫਿਕ ਚੀਰਦਾ ਆਇਆ ਤੂੰ ਮੇਰੇ ਲਈ ਹੈ ਮੈਂ ਨਾ ਸਿਗਨਲ ਵੇਖਿਆ ਨਾ ਕੋਈ ਪੁਲਿਸ ਵਾਲਾ ਵੇਖਿਆ ਨਾ ਕੋਈ ਰੇੜੀ ਨਾ ਟਾਂਗਾ ਨਾ ਰਕਸ਼ਾ ਮੈਂ ਅੰਨੇ ਵਾਹੀ ਬੋਧ ਕੋਲ ਅੱਗ ਬ੍ਰੇਕ ਮਾਰੀ ਅੱਲਾ ਦੀ ਕਸਮ ਮੈਨੂੰ ਪਤਾ ਨਹੀਂ ਮੈਨੂੰ ਕੀ ਹੋ ਗਿਆ ਤੁਸੀਂ ਗੱਲਾਂ ਕਰਦੇ ਜੇ ਤੂੰ ਕੁਛ ਵੀ ਨਹੀਂ ਵੇਖਿਆ ਨਾ ਰਸਤੇ 'ਚ ਨਾ ਕੋਈ ਫਰੂਟ ਵੇਖਿਆ ਹੈ ਹਾਲਾਂਕਿ ਖਲੋਤੇ ਹੁੰਦੇ ਹੋ ਹੈ ਨਾ ਕੋਈ ਜੂਸ ਵਾਲਾ ਵੇਖਿਆ ਤੂੰ ਕੁਛ ਵੀ ਨਹੀਂ ਵੇਖਿਆ ਇਹ ਜਦੋਂ ਮੇਰੇ ਵੱਲ ਆਉਣਾ ਨਾ ਤੂੰ ਅੱਖਾਂ 'ਚ ਪੱਟੀ ਬੰਨ ਲੈਣਾ ਜਿਵੇਂ ਅਗਵਾਹ ਨਹੀਂ ਹੋ ਜਾਂਦਾ ਪਰ ਕਿਤੇ ਉਹ ਇਹ ਨੇ ਸੇਬ ਆਹ ਕਹਿੰਦੇ ਰੱਖੇ ਸਾਹ ਜੀ ਸਵੇਰੇ ਨਾ ਮੈਂ ਮੁੱਲੇ 'ਚ ਫਰੂਟ ਚਾਟ ਲਾਉਣਾ ਦਰਵਾਜ਼ੇ 'ਤੇ ਰੱਖ ਉੱਥੇ ਮਰ ਖਾਣ ਵਾਸਤੇ ਰੱਖੇ ਤੁਸੀਂ ਫਿਰ ਆਪ ਹੀ ਖਾਂਦੇ ਜੇ ਨਹੀਂ ਸਵੇਰੇ ਮੈਂ ਬੁਲਾਈ ਬੰਦੇ ਬੁਲਾਏ ਕਾਫੀ ਮੇਰੇ ਕੋਲ ਸੇਬ ਨਹੀਂ ਮੁੱਕਣ ਡਏ ਨਾ ਬਸ ਉਸਤਾਦ ਜੀ ਸ਼ਗਿਰਦ ਵੀ ਪੁੱਤਰ ਹੀ ਹੁੰਦੇ ਨੇ ਪੁੱਤਰ ਲਿਆਉਂਦੇ ਵੀ ਹੁੰਦੇ ਨੇ ਇੱਥੋਂ ਨਹੀਂ ਖਾਈ ਜਾਂਦੇ ਹੁੰਦੇ ਨਾਲੇ ਤੁਸੀਂ ਕਹਿੰਦੇ ਜਿਵੇਂ ਇੱਥੋਂ ਉੱਠਿਆ ਨਹੀਂ ਜਾਂਦਾ ਤੇ ਹੁਣ ਇੱਥੇ ਲੰਮੇ ਪਿਆ ਪਿਆ ਤਬਾਹ ਹੋ ਜਾਂਦਾ ਹੈ ਚੰਗੇ ਭਲੇ ਮਹਿੰਗੇ ਸੇਬ ਆ ਤੇ ਤੁਸੀਂ ਕਸਮ ਖਾਧੀ ਵੀ ਤੁਸੀਂ ਇੰਝ ਪਲ ਭੁੱਲ ਜਾਣਾ ਹੈ ਇੱਕ ਸੇਬ ਨਾਲ ਪਲਦਾ ਪਿਆ ਕੋਈ ਹਾਏ ਡੂਗਰਾ ਇੱਕ ਖਾਣਾ ਹੁੰਦਾ ਸਾਰੀ ਦਿਹਾੜੀ ਫਿਰਦਾ ਹੀ ਆ ਤੂੰ ਉੱਥੋਂ ਸੇਬ ਖਾ ਲਿਆ ਉੱਥੋਂ ਕੇਲਾ ਚੁੱਕ ਕੇ ਖਾ ਲਿਆ ਪਤਾ ਨਹੀਂ ਕਾਰਪੋਰੇਸ਼ਨ ਚ ਤੂੰ ਮੈਂ ਦੇਸੀ ਬੱਕਰਾ ਹਾਂ ਜੀ ਹਾਏ ਹਾਏ ਮੰਮੀ ਬੇਟੇ ਬੁਖਾਰ ਦੀ ਨਾ ਯਾਰ ਕੁਛ ਸਮਝ ਨਹੀਂ ਆ ਰਹੀ ਤੇ ਕੋਈ ਹੋਰ ਗੱਲ ਕਰ ਲਓ ਉਸਤਾਦ ਜੀ ਅਸਲਾਂ ਨਾਲ ਤੇਰੀ ਜ਼ਿੰਦਗੀ ਬੁਖਾਰ ਦੀ ਗੱਲ ਕਰਨ ਡਿਆ ਵੀ ਨਹੀਂ ਪਤਾ ਲੱਗ ਰਿਹਾ ਦਿਨੇ ਲੈ ਜਾਂਦਾ ਰਾਤ ਨੂੰ ਫਿਰ ਬੁਖਾਰ ਹੋ 11-12 ਵਜੇ ਤੋਂ ਬਾਅਦ ਫਿਰ ਠੰਡ ਲੱਗਦੀ ਫਿਰ ਬੁਖਾਰ ਹੋ ਜਾਂਦਾ ਉਸਤਾਦ ਜੀ ਕੋਈ ਦਵਾਈ ਦੂਈ ਵੀ ਖਾ ਰਹੇ ਜੀ ਹੋਰ ਮੈਂ ਜਿਹੜੀ ਪਿਛਲੇ ਜੁੰਮੇ ਕਮੇਟੀ ਨਿਕਲੀ ਉਹ ਖਾਣ ਡਿਆ ਦਵਾਈ ਖਾ ਰਿਹਾ ਹੋਰ ਮੈਂ ਕੀ ਖਾਣਾ ਇਸ ਬਿਮਾਰੀ 'ਚ ਮੂੰਹ ਕੌੜਾ ਹੋਇਆ ਦਵਾਈਆਂ ਖਾ ਖਾ ਬੇੜਾ ਗਰਕ ਹੋਇਆ ਫਿਰ ਸ਼ੁਕਰ ਕਰੋ ਮੂੰਹ ਕੌੜਾ ਹੀ ਹੋਇਆ ਕਾਲਾ ਨਹੀਂ ਹੋਇਆ ਉਸ ਤੋਂ ਅੱਗੇ ਕੀ ਹੋਏਗਾ ਹੈ ਸ਼ਰਮ ਹੀ ਨਹੀਂ ਤੁਹਾਨੂੰ ਤੁਸੀਂ ਉਸਤਾਦ ਨੂੰ ਕਰਦੇ ਹੋ ਜੁਗਤਾ ਇਹ ਤੁਹਾਨੂੰ ਗੱਲ ਦਾ ਜਵਾਬ ਤਾਂ ਦਿਓ ਤੁਸੀਂ ਮੇਰੇ ਵੱਲੋਂ ਜਵਾਬ ਹੈ ਪੁੱਤ ਨਿਕਲ ਜਾ ਚੱਲ ਸ਼ਾਬਾਸ਼
ਉਹ ਮੈਂ ਇਹ ਨਹੀਂ ਪੁੱਛ ਰਿਹਾ, ਮਤਲਬ ਇਹ ਕਿ ਤੁਸੀਂ ਕਿੱਥੇ ਗਏ ਸੀ? ਹੈਂ ਕਿੱਥੇ ਗਏ ਸੀ ਤੁਸੀਂ? ਮੈਂ ਬਾਰਡਰ ਤੇ ਗਿਆ ਸੀ, ਉਹ ਇੱਥੇ ਕੰਮ ਤੇ ਗਿਆ ਸੀ, ਸ਼ੋਅ ਸੀ ਕਿ ਜਗ੍ਹਾ, ਉੱਥੇ ਗਿਆ ਸਾ। ਨਹੀਂ ਨਹੀਂ, ਮਤਲਬ ਤੁਸੀਂ ਗਏ ਕਿਹੜੀ ਜਗ੍ਹਾ ਤੇ ਸੀ? ਹੁਣ ਤੈਨੂੰ ਜਗ੍ਹਾ ਤੇ ਲੈ ਜਾਵਾਂ ਤੇ ਤੇਰੀ ਕੋਈ ਸ਼ਾਇਦ ਹੈਗੀ ਉੱਥੇ ਪਛਾੜ ਲੈਗਾ ਜਗ੍ਹਾ? ਹੈਂ ਵੀ ਕਿਤੇ ਗਿਆ ਹੀ ਹੋਵਾਂਗਾ ਨਾ ਮੈਂ, ਕੋਈ ਨਾ ਹੁੰਦਾ ਵੀ ਮੈਂ ਇੱਥੇ ਗਿਆ ਸੀ ਜਿੰਦੀ ਵਕਤ ਮਸਲਾ ਬਣਿਆ। ਨਹੀਂ ਮੈਂ ਤੈਨੂੰ ਨਹੀਂ ਦੱਸਣਾ, ਮੈਂ ਤੈਨੂੰ ਤਰਸਾਉਣਾ ਹੀ ਜਗ੍ਹਾ ਦਾ। ਜਾ ਰੱਬ ਲਾਪ ਜਿੱਥੇ ਮਰਜ਼ੀ ਬਹਿ, ਗਏ ਕਿੱਥੇ ਸੀ? ਮੈਂ ਤੁਹਾਨੂੰ ਇਹੀ ਪੁੱਛਣਾ ਚਾਹੁੰਦਾ, ਤੁਸੀਂ ਕਿਤੇ ਕਿਵੇਂ ਗਏ ਸੀ? ਮੋਟਰਸਾਈਕਲ ਤੇ ਗਏ ਸੀ, ਪੈਦਲ ਗਏ ਸੀ, ਕਿੱਧਰੋਂ ਦੀ ਗਏ ਸੀ, ਹੋਇਆ ਕੀ? ਮੇਰੇ ਕੋਲ ਉਸ ਤੋਂ ਬਾਹਰ ਗਰਾਜ ਕੋ ਬਲਡੋਜ਼ਰ ਖਲੋਤਾ ਵੇਖਿਆ, ਮੋਟਰਸਾਈਕਲ ਤੇ ਜਾਣਾ ਮਰਨਾ ਮੈਂ ਉੱਥੇ ਗਿਆ ਸਾਂ। ਹਾਂ ਮਤਲਬ ਫਿਰ ਵੀ ਕਿ ਕਿੱਥੇ ਗਏ ਸੀ? ਕਿੱਥੇ ਗਏ ਸੀ ਕੀ ਮਤਲਬ? ਸ਼ੋਅ ਤੇ ਗਿਆ ਸਾਂ ਇੱਕ ਜਗ੍ਹਾ ਤੇ ਯਾਰ। ਅੱਛਾ ਅੱਛਾ ਅੱਛਾ, ਸ਼ੋਅ ਤੇ ਗਏ ਤੁਸੀਂ? ਆਹੋ, ਚੁੰਗੀ ਅੰਮ੍ਰਿਤਸਰ ਦੀ ਵਾਲੀ ਸਾਈਡ ਤੇ ਨਹੀਂ। ਅੱਛਾ ਅੱਛਾ, ਉੱਧਰ ਗਿਆ। ਹਾਂ ਤੇ ਕਿੱਥੇ ਗਏ ਸੀ? ਚੁੰਗੀ ਅੰਮ੍ਰਿਤ ਥੱਥਾਂ ਨੂੰ ਤੇਰੇ ਕੋਲ ਕਿਹਾ ਨਹੀਂ ਜਾਂਦਾ? ਹੈਂ ਮੈਨੂੰ ਲੱਗਦਾ ਤੂੰ ਸੁਣਨ ਦਾ ਵੀ ਥੱਥਾ। ਚੁੰਗੀ ਅੰਮ੍ਰਿਤਸਰ ਤੂੰ ਗਿਆ, ਮਰਿਆ ਸਾਂ ਉੱਥੇ, ਸ਼ੋਅ ਸੀ ਇੱਕ। ਖਾਧਾ ਕੀ ਤੁਸੀਂ ਉੱਥੇ? ਹੈਂ ਖਾਧਾ ਕੀ ਉੱਥੇ ਤੁਸੀਂ? ਮੈਂ ਉੱਥੋਂ ਗੈਰਤ ਖਾਧੀ ਤੇ ਵਾਪਸ ਆ ਗਿਆ। ਕੁਛ ਖਾਧਾ ਹੀ ਹੋਣਾ, ਉੱਥੇ ਮੈਂ ਫੰਕਸ਼ਨ ਸੀ, ਸ਼ਾਦੀ ਦਾ ਈਵੈਂਟ ਸੀ, ਨਾਲ ਉਹਨਾਂ ਨੇ ਕੁਛ ਸ਼ੋਅ ਅਰੇਂਜ ਕੀਤਾ ਸੀ ਮਾੜਾ ਜਿਹਾ, ਉੱਥੇ ਐਂਟਰੀ ਕਰਨੀ ਸੀ, ਉੱਥੋਂ ਮੈਂ ਕਰਕੇ ਤੇ ਵਾਪਸੀ ਤੇ ਤਬੀਅਤ ਖਰਾਬ ਹੋਣੀ ਸ਼ੁਰੂ ਹੋ ਗਈ ਫਿਰ ਦੁਬਾਰਾ। ਉਹ ਨਹੀਂ ਸਰ ਜੀ, ਗੱਲ ਇੱਕ ਚੀਜ਼ਾਂ ਹੁੰਦੀਆਂ ਜੀਬੋ ਗਰੀਬ ਖਾਣ ਪੀਣ ਵਾਲੀਆਂ, ਅਤੇ ਅਹਿਤਿਆਤ ਜ਼ਰੂਰੀ ਹੁੰਦੀ। ਮੇਰਾ ਸਰ ਜੀ ਗੱਲ ਕਰਨ ਦਾ ਮਤਲਬ ਇਹ ਆ, ਜਿੱਥੇ ਤੁਸੀਂ ਬੈਠੇ ਸੀਗੇ, ਆਹੋ ਉਹ ਜਗ੍ਹਾ ਓਪਨ ਸੀ, ਤੰਗ ਸੀ, ਬੰਦ ਸੀ, ਕੀ ਸੀ? ਦਰਮਿਆਨੀ ਜਿਹੀ ਸੀ ਬੋਬੀ, ਉਹ ਹਾਲ ਚ ਮੈਂ ਤੈਨੂੰ ਬਕਵਾਸ ਕੀਤੀ ਨੀ ਵੀ ਹਾਲ ਚ ਗਿਆ। ਵਾਹਵਾ ਰਾਜ ਸੀ ਉੱਥੇ? ਹੈਂ ਰਾਸ਼ ਵਾਵਸ? ਨਹੀਂ ਨਹੀਂ, ਉਹਨਾਂ ਨੇ ਦਫਾ 44 ਲਾਈ ਸੀ ਵਿਆਹ ਚ ਨਾ। ਹਾਂ ਉਹਨਾਂ ਨੇ ਕਿਹਾ ਕੋਈ ਬੰਦੇ ਦੋ ਦੋ ਨਾ ਇੱਥੇ ਨਜ਼ਰ ਆਉਣ, ਤੇ ਵਿਆਹ ਚ ਰਾਸ਼ ਹੀ ਹੋਣਾ, ਹੋਰ ਉੱਥੇ ਕਬਰਸਤਾਨ ਗਿਆ ਸਭ ਸਨਾਟਾ ਹੋਣਾ। ਤਾਂ ਜੀ ਵਾਜਿਆਂ ਨੇ ਵੀ ਆਏ ਸੀ ਉੱਥੇ? ਨਹੀਂ, ਉਹਨਾਂ ਨੇ ਬਦਮਾਸ਼ ਬੁਲਾਏ ਸੀ ਵਾਜਿਆਂ ਵਾਲੀ ਜਗ੍ਹਾ ਤੇ ਨਾ, ਉਹ ਪਿਸਤੌਲ ਤੇ ਰੱਖ ਕੇ ਵਾਜਾ ਵਜਾਉਣ ਲੱਗੇ, ਉਹ ਵਾਜੇ ਵਾਲੇ ਹੀ ਉਹਨੇ ਬੁਲਾ ਤੇ। ਉਹ ਤੇਰਾ ਦਿਮਾਗ ਠੀਕ ਹੈ ਤੇ? ਪੁੱਛ ਹੀ ਰਿਹਾ ਤੁਹਾਨੂੰ, ਹੋਰ ਮੈਂ ਕਿਹੜੀ ਗੱਲ? ਉਸਤਾਦ ਚੱਲੇ ਹੋ ਕਿਤੇ? ਸੋਫੇ ਨੂੰ ਕਿੱਕ ਮਾਰ ਲਈ 1-5 ਸੋਫਾ ਚੱਲੇ ਕਿਤੇ, ਸਿੱਧਾ ਹੋ ਕੇ ਬਹਿਣ ਲੱਗਾ। ਕਿਹਦੀ ਕਿਹਦੀ ਕਾਲ ਆਈ? ਉਸਤਾਦ ਜੀ, ਹਾਂ ਇਹ ਮੋਬਾਈਲ ਨਾ ਚਲਾਉਣਾ। ਕਿਉਂ? ਤੁਹਾਡੀ ਮਿਹਰਬਾਨੀ, ਚਲੋ ਨਾ ਚਲਾਉਣਾ। ਕਿਹਦੀ? ਮੈਂ ਕੈਂਚੀ ਚਲਾਉਣ ਲੱਗਾ ਵੀ ਮੈਂ ਥੱਕ ਜਾ, ਲੰਮੇ ਪੈ ਕੇ ਚਲਾਉਣਾ, ਹੱਦ ਹੋ ਗਈ ਤੇਰੇ। ਅਏ ਉਹ ਮੇਰਾ ਮਤਲਬ ਕਿ ਬੁਖਾਰ ਚੜਿਆ ਨਾ ਤੁਹਾਨੂੰ, ਤੇ ਹੱਥ ਦਰਦ ਕਰਦੇ ਹੋਣਗੇ, ਮੈਂ ਤਾਂ ਕਹਿ ਰਿਹਾ ਨਾ ਚਲਾਉਣਾ। ਤੂੰ ਨਾ ਦੱਸਦਾ ਤੁਹਾਨੂੰ ਬੁਖਾਰ ਚੜਿਆ, ਤੇ ਮੈਨੂੰ ਕਿਸੇ ਨੇ ਨਹੀਂ ਦੱਸਣਾ ਸੀ, ਮੈਨੂੰ ਕਿਹਨੇ ਦੱਸੀ ਸੀ ਇਹ ਗੱਲ ਵੀ ਤੁਹਾਨੂੰ ਬੁਖਾਰ ਹੋਇਆ? ਅਏ ਆਵੇ ਆਵੇ, ਕਿਹਦੀ ਕਿਹਦੀ ਕਾਲ ਆਈ ਵੇਖ, ਆ ਲੈ ਤੂੰ ਵੇਖ ਲੈ, ਤੇ ਮੈਂ ਘੰਟਾ ਕੁ ਬਾਅਦ 'ਚ ਵੇਖ ਲਾਂ, ਸਾਰਾ ਮੂੰਹ ਅੱਗੇ ਲੈ ਆਉਂਦਾ ਕਿਤੇ ਮੂੰਹ। ਅਏ ਉੱਥੇ ਬੰਦਿਆ, ਉਹ ਪੈਰੋ 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 ਹੈਂ ਪੈਰੋ ਪੈਰੋ, ਕਿੱਥੇ ਉੜ ਕੇ ਜਾਣਾ ਸੀ? ਕਿੱਥੇ ਪਏ ਰਹੋ ਕੁੱਟਾਂ ਮੈਂ? ਜੀ ਹਾਏ ਹਾਂਜੀ, ਮੇਰਾ ਦਿਲ ਕਰਦਾ ਤੁਹਾਨੂੰ ਦਬਾਵਾਂ। ਅੱਛਾ ਖੈਰ ਏ, ਬਸ ਤਾਂ ਜੀ ਦਿਲ ਕਰ ਰਿਹਾ ਮੇਰਾ। ਅੱਛਾ ਜਿੱਥੋਂ ਤੂੰ ਘੁੱਟ ਰਿਹਾ ਇੱਥੇ ਦਰਦ ਹੋ ਹੀ ਨਹੀਂ ਰਿਹਾ, ਤੁਸੀਂ ਪੁੱਛ ਤਾਂ ਲੈ ਉਸਤਾਦ ਜੀ ਕਿੱਥੋਂ ਘੁੱਟਣਾ? ਚਲੋ ਦੱਸ ਦਿਓ ਜਿੱਥੋਂ ਕਹਿੰਦੇ ਜੀ, ਮੈਂ ਉੱਥੋਂ ਘੁੱਟ ਦੇਣਾ ਉਸਤਾਦ ਜੀ। ਮੇਰਾ ਸਿਰ ਘੁੱਟ ਤੇਰਾ ਸਿਰ ਘੁੱਟ ਦਿੰਦਾ ਤੁਹਾਡਾ, ਇਸ ਬੁਖਾਰ ਨੇ ਤੁਹਾਡੇ ਵਾਲ ਝੜ ਗਏ ਸਾਰੇ ਇਸ ਬੁਖਾਰ ਦੀ ਵਜ੍ਹਾ ਤੋਂ। ਹਾਂ ਬੁਖਾਰ ਕੋਲ ਰੇਜ਼ਰ ਸੀ ਨਾਲ, ਮੇਰੇ ਵਾਲ ਲਾਉਂਦਾ ਰਿਹਾ, ਪੱਟੀ ਕਰਨ ਆਇਆ ਸੀ। ਸਾਰਾ ਮੈਦਾਨ ਹੀ ਵਿਹਲਾ ਹੋ ਗਿਆ, ਸਾਰਾ ਮੈਦਾਨ ਹੀ ਵਿਹਲਾ ਹੋ ਗਿਆ ਤੁਹਾਡਾ। ਮੈਂ ਤੁਹਾਨੂੰ ਐਸਾ ਆਲਾ ਇੱਕ ਨੁਸਖਾ ਬਣਾ ਕੇ ਦੇਣਾ, ਤੇ ਉਹ ਤੁਸੀਂ ਸਿਰ ਚਲਾਉਣਾ ਤੇ ਕਮਾਲਾਂ ਹੋ ਜਾਣਗੇ। ਅੱਛਾ ਜੀ ਹਾਂਜੀ, ਉਹ ਤੁਸੀਂ ਕਹਿੰਦਾ ਹੀ ਹੁੰਦਾ ਪੁੱਤਰ, ਪਹਿਲੇ ਵੀ ਤੂੰ 2-3 ਵਾਰੀ ਕਈ ਗੱਲਾਂ ਕੀਤੀਆਂ, ਬਾਅਦ 'ਚ ਮੈਨੂੰ ਲੱਭਾ ਹੀ ਨਹੀਂ। ਹੁਣ ਮੈਂ ਕਿਤੇ ਨਹੀਂ ਜਾਂਦਾ, ਹੁਣ ਇਨਸ਼ਾਅੱਲਾ ਤੈਨੂੰ ਜਾਣਾ ਹੀ ਜਾਣਾ, ਟਾਈਮ ਵੇ ਕਿੰਨਾ ਹੋ ਗਿਆ, ਤੂੰ ਕਿਉਂ ਨਹੀਂ ਜਾਣਾ? ਓ ਜੀ ਓਏ, ਹਾਂ ਸਿਆਣਿਆਂ ਨੇ ਸੱਚ ਹੀ ਕਿਹਾ ਸਾਹਿਬ ਜੀ। ਕੀ ਕਿਹਾ ਜੀ? ਕਰ ਸੇਵਾ ਤੇ ਖਾ ਮੇ। ਬੇਸ਼ੱਕ ਭਈਆ, ਤੂੰ ਸਿਆਣੀ ਨੇ ਗੱਲਾਂ ਹੀ ਯਾਦ ਕੀਤੀਆਂ ਸਿਰਫ, ਹੈ ਨਾ? ਜਿਹੜੇ ਜਿਹੜੀ ਗੱਲ 'ਤੇ ਖਰਚਾ ਹੁੰਦਾ ਉਹ ਸਿਆਣੇ ਤੇਰੇ ਨਾਲ ਨਹੀਂ ਕਰਕੇ ਕਹੇ, ਹੈ ਨਾ? ਇਹ ਵੀ ਇਹ ਗੱਲਾਂ ਕਰ ਗਏ, ਕਰ ਸੇਵਾ ਤੇ ਖਾ ਮੇਵਾ। ਹਾਂਜੀ, ਭੁੱਖਾ ਬਟੇਰਾ ਬਹੁਤਾ ਲੜਦਾ, ਅਦਮ ਨਾਲ ਜ਼ਿੰਦਗੀ। ਆਹੋ, ਭੁੱਖੇ ਭੁੱਖਾ ਮਰਦੀ ਕਿਸੇ ਨੂੰ, ਹੈਂ ਮੰਗੀ ਨਾ। ਤੂੰ ਇਹੋ ਜਿਹੀਆਂ ਮਸਾਲਾਂ ਯਾਦ ਕੀਤੀਆਂ, ਉਹ ਸਿਆਣੇ ਵੀ ਕਹਿ ਗਏ ਕਿ ਤਾਂ ਲਾਈਵ ਮਰੀਦਾ ਵੀ ਹੁੰਦਾ। ਅਦਬ ਸੇ ਬਣਤੀ ਹੈ ਜ਼ਿੰਦਗੀ, ਜੰਨਤ ਵੀ ਜਹੰਨਮ ਵੀ। ਵਾਹ ਵਾਹ ਵਾਹ, ਉਹ ਮੈਨੂੰ ਤੂੰ ਅਲਮਾਰੀ ਵਿਖਾ ਜੇ, ਤੇ ਕਿਤਾਬਾਂ ਰੱਖੀਆਂ ਹਨ, ਉਹ ਤਾਂ ਮੈਂ ਤੇਰੀਆਂ ਚੋਰੀ ਕਰਾਵਾਂ। ਅਏ ਉਸਤਾਦ ਜੀ, ਬੁਖਾਰ ਤੇਜ਼ ਹੀ ਹੋ ਗਿਆ। ਉਸਤਾਦ ਜੀ ਹਾਂਜੀ, ਸਾਜੀ ਮੂੰਹ ਸਿੱਧਾ ਕਰਨ ਡਿਆ, ਹਾਂ
बुखार तेज नहीं हो गया? हाँ तेज हो गया, अगे लंघ गया मेरे तो बहुत तेज हो गया, हुणे लंघ गया मेरे को सूं कर ओदा दफा हो के खजाउण दे मैनूं। ओ जिस्म गर्म हो गया तुहाडा? मैं तो बुखार ना गर्म ही हुंदा है, होर जिस्म तो संदूर निकलण लग पे। हैं आए उस्ताद जी। हाँ जी जी। आ जिन्ना तुहाडा बुखार तेज है ना, हां ए मैं हिसाब लाया कि ए 10 मिनटा च ना हां जी शेखपुरा क्रॉस कर जाएगा। स्टॉप कर ला किते, तुरे खलो जा मर जा किते बत्ती चौक शेखपुरा क्रॉस कर जाएगा। नहीं खादा बुखार चढ़िया मैनू? हैं बुखार नहीं जी वेखदा, बुखार कुछ नहीं वेखदा उस्ताद जी। हां बुखार ना वेखे जाता। हां हैं एवें गल। हां हुण तू काका तू मेरे पता लैण आया है या मैनू लैण आया है? डॉक्टर ने की कहा तुहानू? मलेरिया नहीं हुंदा ओनू? सानू नहीं हुंदा? तुहानू तो किसी दी गल दा असर भी नहीं हुंदा, तुहानू कित्थे मलेरिया होणा। ਬਿਮਾਰੀਆਂ ਤਾਂ ਲੱਗਦੀਆਂ ਮਿਹਨਤ ਵਾਲੇ ਬੰਦੇ ਨੂੰ, ਮੈਨੂੰ ਸਾਰੀ ਦਿਹਾੜੀ ਬਿਮਾਰੀਆਂ ਦੇ ਸਾਹਮਣੇ ਫਿਰੀ ਜਾਣਾ, ਉਹਨੂੰ ਕੋਈ ਕੰਨੀ ਕਿੱਧਰ ਆਉਂਦੀਆਂ। ਹੋਰ ਕੀ ਕਿਹਾ ਡਾਕਟਰ ਨੇ? ਹੈਂਜੀ ਹੋਰ ਕੀ ਕਿਹਾ ਡਾਕਟਰ ਨੇ? ਕੋਈ ਨਹੀਂ, ਡਾਕਟਰ ਨੇ ਕਿਹਾ ਮੈਂ ਪਲਾਟ ਲਿਆ ਉਹਦੀ ਰਜਿਸਟਰੀ ਕਰਵਾਉਣੀ, ਮੇਰੇ ਨਾਲ ਜਾਣਾ, ਫਿਰ ਸ਼ਾਮ ਨੂੰ ਇੱਕ ਪੰਚਾਇਤ ਆ ਉਹਨੇ ਫੇਰਨੀ। ਹੈਂਜੀ ਫਿਰ ਉਹਨੇ ਕਿਹਾ ਮੇਰੇ ਨਾਲ ਤੂੰ ਖਾਨੇਵਾਲ ਜਾਣਾ, ਫਿਰ ਇੱਕ ਉਹਦਾ ਆਰਫ ਵਾਲੇ ਚੌਲਾਂ ਦਾ ਸ਼ੈਲਰ ਆ ਉੱਥੇ ਜਾਣਾ ਹਿਸਾਬ ਕਿਤਾਬ ਕਰਨਾ, ਉਹਦੇ ਬਾਅਦ ਅਸੀਂ ਸਾਹੀਵਾਲ ਨਿਕਲ ਜਾਣਾ ਵਾਪਸ, ਫਿਰ ਅਸੀਂ ਮੁਲਤਾਨ ਸੋਹਣ ਹਲਵਾ ਲੈਣਾ। ਇਹ ਡਾਕਟਰ ਨੇ ਕੀਤਾ ਮੈਨੂੰ, ਡਾਕਟਰ ਨੇ ਗਿਆ ਮੈਨੂੰ ਸਾਰਾ ਹੈਂ ਬਿਮਾਰੀ ਦਾ ਦੱਸਣਾ ਉਹਨੇ ਮੈਨੂੰ, ਹੋਰ ਉਹਨੇ ਮੈਨੂੰ ਕੀ ਕਹਿਣਾ? ਇਹੀ ਪੁੱਛਣ ਡਿਆ ਨਾ ਤੁਹਾਨੂੰ ਮੈਂ। ਮੰਮੀ ਤੈਨੂੰ ਉਹੀ ਦੱਸਣ ਡਿਆ ਵੀ ਮੈਂ ਤੈਨੂੰ ਹੀਰ ਸੁਣਾਉਣ ਡਿਆ ਉਦੋਂ ਦਾ। ਹੈਂ ਦਵਾਈ ਦੇ ਮਤਲਬ ਕੀ ਕਿਹਾ ਉਹਨੇ ਤੁਹਾਨੂੰ? ਉਹਨੇ ਕਿਹਾ ਮੈਂ ਨਹੀਂ ਦੇਣੀ ਦਵਾਈ, ਉਹ ਦਵਾਈ ਲੈ ਕੇ ਆਇਆ ਮਰ ਜਾ ਕਿਤੇ। ਆ ਨਹੀਂ ਮਤਲਬ ਕੋਈ ਕੋਈ ਐਕਸਰੇ ਉਕਸਰੇ ਦਾ ਨਹੀਂ ਕਿਹਾ? ਹੈਂ ਐਕਸਰੇ ਉਕਸਰੇ ਦਾ ਨਹੀਂ ਕਿਹਾ ਉਹਨੇ? ਹਾਂ ਨਹੀਂ ਕਿਹਾ ਉਹਨੇ, ਤੇ ਐਕਸਰੇ ਤੇ ਐਕਸਰੇ ਐਕਸਰੇ ਕਹੇਗਾ ਤੇ ਮੈਂ ਕਰਾਉਣਾ, ਉਹ ਤੂੰ ਆਪਣੇ ਕੋਲੋਂ ਹਿਸਾਬ ਲਈ ਜਾਂਦਾ ਐਕਸਰੇ ਦਾ ਕਿਹਾ ਉਸਤਾਦ ਜੀ। ਉਹ ਸਰ ਜੀ ਆਇਆ ਛੱਡੋ ਤੁਸੀਂ, ਇਹ ਡਾਕਟਰਾਂ ਦੀਆਂ ਗੱਲਾਂ 'ਤੇ ਨਹੀਂ ਜਾਈਦਾ। ਹੋਰ ਮੈਂ ਕਹਾਂ ਦੇ ਤੇ ਜਾਵਾਂ ਰਕਸ਼ਾ ਕਰਾਉਣਾ? ਹੈਂ ਉਹਦੀ ਗੱਲ 'ਤੇ ਜਾਣਾ ਮੈਂ, ਹੋਰ ਕਿਹੜੀ ਗੱਲ 'ਤੇ ਜਾਣਾ? ਮੇਰਾ ਮਤਲਬ ਇਹ ਕੋਈ ਗੱਲ ਝੂਠੀ ਵੀ ਤਾਂ ਹੋ ਸਕਦੀ ਹੈ ਨਾ। ਆਏ ਕਿਤੇ ਨਹਾ ਤੇ ਨੀ ਲਿਆ ਤੁਸੀਂ? ਮੈਨੂੰ ਵੇਖ ਲੱਗਦਾ ਤੈਨੂੰ ਇਹ ਗੁਸਤਾਖੀ ਮੈਂ ਕੀਤੀ ਹੋਣੀ। ਹੈਂ ਦੌੜ ਫਿਰੇ ਮੂੰਹ ਤੇਰਾ, ਨਹਾ ਤੇ ਨੀ ਲਿਆ ਕਿਤੇ? ਸਾਜੀ ਗੱਲ ਤਾਂ ਦੱਸੋ, ਮਿੱਟੀ ਸ਼ੂ ਤਾਂ ਬਣਿਆ ਵੀ ਮੈਂ, ਮੇਰਾ ਬੇੜਾ ਗਰਕ ਹੋ ਜਾਣਾ ਨਹਾਤਾ ਤੇ। ਹੈਂ ਨਹਾਤਾ ਮਰਿਆ ਮੈਂ ਸਵੇਰੇ ਵਾਲੇ। ਇਹ ਗੱਲ ਤਾਂ ਦੱਸੋ, ਹਾਂ ਆਹ ਤਸਮਾ ਬਾਹਰ ਬੂਟ ਅੰਦਰ ਰਹਿੰਦਾ, ਇਹ ਟਰੈਕ ਸੂਟ ਬਾਟਾ ਵਾਲਿਆਂ ਦਾ? ਹੈਂ ਬਾਟਾ ਵਾਲਿਆਂ ਦਾ ਮੇਰੇ ਬਸ ਚ ਤੁਹਾਡਾ ਪ੍ਰੋਗਰਾਮ ਅੱਜ ਹੈ ਦੱਸ, ਇਹ ਕਾਰੋਬਾਰ ਜਿਹੜੇ ਸ਼ੁਰੂ ਕਰਨਾ ਮੈਂ ਦੁਬਾਰਾ? ਹੈ ਉੱਠ ਇੱਥੋਂ ਨਿਕਲ, ਬਹੁਤ ਪਤਾ ਲੈ ਲਿਆ ਤੂੰ ਮੇਰਾ, ਚੱਲ ਸ਼ਾਬਾਸ਼। ਪੁੱਛਿਆ ਹੀ ਹੈ ਤੁਹਾਨੂੰ ਤੁਸੀਂ? ਹੈਂ ਪੁੱਛਿਆ ਹੀ ਹੈ ਤੁਹਾਨੂੰ? ਅਗਲੇ ਹਫ਼ਤੇ ਤੂੰ ਵੀ ਤਾਂ ਬਿਮਾਰ ਹੋਣਾ ਹੀ, ਮੈਂ ਉਹਨਾਂ ਤੇਰਾ ਪਤਾ ਲੈ ਤੇਰਾ ਕਰਦਾ ਮੈਂ ਇਲਾਜ, ਤੈਨੂੰ ਸ਼ਰਮ ਹਜਾਜ ਨਹੀਂ ਹੈਗੀ? ਬਿਮਾਰ ਹੋਣ ਮੇਰੇ ਦੁਸ਼ਮਣ, ਮੈਂ ਵੀ ਬਿਮਾਰ ਹੋਣਾ ਅਗਲੇ ਹਫ਼ਤੇ, ਜਿਣ ਕੇ ਮੈਂ ਦੁਸ਼ਮਣ ਹੈ, ਮੈਂ ਦੁਸ਼ਮਣ ਹੈਂ ਤਾਂ ਦਿਖਾਓ ਕਿਤੇ, ਉਹਨੂੰ ਦਿਆ ਪੱਠਿਆ ਮੈਨੂੰ ਖਜਾ ਮਾਰਿਆ ਤੂੰ, ਬੁਖਾਰ ਮੇਰਾ ਤੇਜ਼ ਕਰਾ ਦਿੱਤਾ ਤੂੰ, ਇੱਕ ਤੁਹਾਡਾ ਪਤਾ ਲੈਣਾ ਉੱਤੋਂ, ਉੱਤੋਂ ਤੁਹਾਨੂੰ ਖਜਾ ਦਿੱਤਾ। ਹੈਂ ਇੱਕ ਤੁਹਾਡਾ ਪਤਾ ਲੈਣਾ ਹੈ ਉੱਤੋਂ ਤੁਹਾਨੂੰ ਖਜਾ ਦਿੱਤਾ, ਉੱਤੋਂ ਨਹੀਂ ਤੂੰ ਮੈਨੂੰ ਅੰਦਰੋਂ ਖਜਾਇਆ ਓਏ, ਅੰਦਰੋਂ ਖਜਾਇਆ ਤੂੰ ਮੈਨੂੰ, ਤੈਨੂੰ ਸ਼ਰਮ ਹੀ ਵੇਖ ਬੇਟਾ ਵੇਖ, ਅਮਰਾ ਉਹ ਜਾਣ ਵਾਲੀਆਂ ਦਾਵਾਂ ਤੇਰੀਆਂ ਹੈ, ਲੱਤ ਸਿੱਧੀ ਕਰਕੇ ਤੇ ਐਂ ਦੇ ਬਸ, ਪਰ ਬਹੁਤ ਪਤਾ ਲੈ ਲਿਆ ਬੇਟਾ, ਜਿੰਨਾ ਤੂੰ ਮੈਨੂੰ ਦਬਾਉਣਾ ਸੀ ਦਬਾ ਲਿਆ। ਨਹੀਂ ਉਸਤਾਦ ਜੀ ਮੈਂ ਤੁਹਾਨੂੰ ਐਂਡ ਤੱਕ ਦਬਾਉਣਾ, ਐਂਡ ਤੱਕ ਅੰਨੀ ਰਿਹਾ ਸੋਚਿਆ ਹੈ, ਐਂਡ ਤੱਕ ਮਤਲਬ ਨਿਕਲ ਇੱਥੋਂ ਭੱਜ ਇੱਥੋਂ ਆ ਦਫਾ ਹੋ ਗਈ।